ਅੱਜ ਦੋਸਤੋ ਪਿੰਡ ਸੇਢਾ ਸਿੰਘ ਵਾਲੇ ਆਏ ਹਾਂ ਸਰਪੰਚ ਸਟੱਡ ਫਾਰਮ 'ਤੇ। ਸਵਰਗਵਾਸੀ ਸਰਦਾਰ ਨਾਰ ਸਿੰਘ ਸਰਪੰਚ ਉਹਨਾਂ ਦੇ ਸਟੱਡ ਫਾਰਮ 'ਤੇ ਆਏ ਹਾਂ ਦੋਸਤੋ। ਸਰਦਾਰਾਂ ਦਾ ਪਿੰਡ ਹੈ ਬਾਈ ਹੁਣੀ ਜੱਦੀ ਪੁਸ਼ਤੀ ਸਰਦਾਰ ਹੈ, ਬਹੁਤ ਚੰਗੇ ਇਨਸਾਨ ਹੈ। ਸੁਣਿਆ ਸੀਗਾ ਸੇਢੇ ਵਾਲੇ ਸਰਦਾਰਾਂ ਬਾਰੇ ਬਹੁਤ ਪਹਿਲਾਂ, ਪਰ ਅੱਜ ਜਾ ਕੇ ਦੇਖਿਆ ਤਾਂ ਮਹਿਸੂਸ ਵੀ ਹੋਇਆ ਵੀ ਅਸਲ ਦੇ ਵਿੱਚ ਸੱਚਮੁੱਚ ਹੀ ਸਰਦਾਰ ਹੈ। ਪੈਸਾ ਬਹੁਤ ਸਾਰੇ ਲੋਕਾਂ ਕੋਲ ਹੋ ਸਕਦਾ ਹੈ, ਦੌਲਤਮੰਦ ਬਹੁਤ ਸਾਰੇ ਬੰਦੇ ਹੋ ਸਕਦੇ ਆ, ਪਰ ਪੈਸੇ ਦੇ ਨਾਲ ਅਮੀਰੀ ਦੇ ਨਾਲ ਜਿਹੜੀ ਨਿਮਰਤਾ ਹੈਗੀ ਹੈ ਅਤੇ ਲਿਆਕਤ ਹੋਣੀ ਹੈ ਜਿਹੜੀ, ਉਹ ਵਿਰਲੇ ਬੰਦਿਆਂ ਦੇ ਹਿੱਸੇ ਆਉਂਦੀ ਹੈ ਦੋਸਤੋ। ਸੋ ਬਾਈ ਉਹਨਾਂ ਦੇ ਵਿੱਚ ਬਹੁਤ ਸਾਰੀ ਨਿਮਰਤਾ ਬਹੁਤ ਦੇਖਣ ਨੂੰ ਮਿਲੀ, ਲਿਆਕਤ ਬਹੁਤ, ਅਤੇ ਪੜ੍ਹਿਆ ਲਿਖਿਆ ਐਜੂਕੇਟ ਪਰਿਵਾਰ ਹੈ ਦੋਸਤੋ। ਸੋ ਉਹਨਾਂ ਦੇ ਨਾਲ ਤੁਹਾਨੂੰ ਮਿਲਾਉਣਾ, ਸਟੱਡ ਫਾਰਮ ਵੀ ਤੁਹਾਨੂੰ ਦਿਖਾਉਣ ਲੱਗੇ ਹਾਂ, ਪੰਛੀ ਝਾਤ ਇੱਕ ਮਰਾਉਣੀ ਹੈ ਤੁਹਾਡੀ, ਅਤੇ ਇਹ ਜਿਹੜੀ ਸੈਟਅਪ ਉਹਨਾਂ ਦੀ ਕੀਤੀ ਹੋਈ ਹੈ ਉਹ ਤੁਹਾਨੂੰ ਦਿਖਾਉਣੀ ਹੈ ਦੋਸਤੋ। ਹਾਲੇ ਕੰਮ ਚੱਲਦਾ ਫਾਰਮ ਦਾ, ਹਾਲੇ ਇਹਨੂੰ ਪੇਂਟ ਵਗੈਰਾ ਕਰਨਾ ਹੈਗਾ, ਹੋਰ ਥੋੜ੍ਹਾ ਬਹੁਤਾ ਕੰਮ ਜਿਹੜਾ ਇਹਦੇ ਵਿੱਚ ਰਹਿੰਦਾ ਹੈਗਾ। ਉਸ ਤੋਂ ਬਾਅਦ ਜਿਹੜਾ ਇਹਨੇ ਹੋਰ ਵੀ ਇਹਦੀ ਲੁੱਕ ਹੈਗੀ ਹੈ ਜਿਹੜੀ ਦੋਸਤੋ, ਉਹ ਬਹੁਤ ਵਧੀਆ ਬਣ ਜਾਣੀ ਹੈ। ਸੋ ਬਹੁਤ ਚੰਗੇ ਜਿਹੜੇ ਬਾਈ ਹੋਣਾਂ ਦੇ ਕੋਲ ਜਾਨਵਰ ਹੈਗੇ ਹੈ ਅਤੇ ਬਹੁਤ ਚੰਗੇ ਇਨਸਾਨ ਬਾਈ ਹੋਣੀ ਆਪ ਵੀ ਹੈਗੇ ਹੈ, ਪ੍ਰਦਮਨ ਵੀਰ ਹੈ ਜਾਂ ਬਾਈ ਜੀ ਹੋਣੀ ਬਾਪੂ ਜੀ ਹੋਣੀ ਹੈਗੇ ਹੈ, ਸਾਰੇ ਬਹੁਤ ਚੰਗੇ ਇਨਸਾਨ ਆ ਦੋਸਤੋ। ਸੋ ਗੱਲਾਂ ਬਾਤਾਂ ਕਰਾਂਗੇ। ਚੰਮੀਆਂ ਘੋੜੀਆਂ ਦੋ ਗੱਭਣ ਹੈ ਅਤੇ ਇੱਕ ਜਿਹੜੀ ਆਪਾਂ ਅੱਜ ਤੁਹਾਨੂੰ ਮਾਰਵਾੜੀ ਵਛੇਰੀ ਦਿਖਾਉਣੀ ਹੈ ਦੋਸਤੋ, ਅਤੇ ਬਾਈ ਹੋਣਾਂ ਨੇ ਉਹ ਸੇਲ ਕਰਨੇ ਆ। ਆ ਜਾਓ ਕਰਦੇ ਹਾਂ ਗੱਲਾਂ ਬਾਤਾਂ ਬਾਈ ਹੋਣਾਂ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਦੋਸਤੋ ਪਿੰਡ ਸੇਢਾ ਸਿੰਘ ਵਾਲੇ ਆਏ ਹੈ। ਮਾਲਵੇ ਦੇ ਵਿੱਚ ਇੱਕ ਆਮ ਤੌਰ 'ਤੇ ਬੋਲੀ ਮਾਰੀ ਜਾਂਦੀ ਸੀ, ਜੇ ਕੋਈ ਬੰਦਾ ਥੋੜ੍ਹੀ ਵਿਤੋਂ ਵੱਧ ਗੱਲ ਕਰਦਾ ਸੀ ਤਾਂ ਫਿਰ ਉਹਨੂੰ ਇਹ ਕਿਹਾ ਜਾਂਦਾ ਸੀਗਾ ਵੀ ਤੂੰ ਹਾਂ ਹੈਗਾ ਸੇਢੇ ਵਾਲਾ ਸਰਦਾਰ। ਅੱਜ ਸੱਚਮੁੱਚ ਉਹਨਾਂ ਸਰਦਾਰਾਂ ਦੇ ਘਰ ਬੈਠੇ ਹੈ, ਪਿੰਡ ਸੇਢਾ ਸਿੰਘ ਵਾਲੇ ਸਵਰਗਵਾਸੀ ਸਰਦਾਰ ਨਾਰ ਸਿੰਘ ਸਰਪੰਚ ਧਾਲੀਵਾਲ। ਲੰਮਾ ਸਮਾਂ ਬਾਪੀ ਹੋਣਾਂ ਨੇ ਸਰਪੰਚੀ ਕੀਤੀ ਹੈ ਅਤੇ ਹੁਣ ਉਹ ਇਸ ਦੁਨੀਆ ਤੋਂ ਥੋੜ੍ਹੇ ਦਿਨ ਹੋਏ ਆ, ਬਾਈ ਹੋਣਾਂ ਨੇ ਦੱਸਿਆ ਵੀ ਰੁਸਤਕ ਹੋ ਗਏ ਹੈ। ਅੱਜ ਉਹਨਾਂ ਦੇ ਘਰ ਬੈਠੇ ਹੈ ਸਰਦਾਰ ਨਾਰ ਸਿੰਘ ਦੇ, ਅਤੇ ਮੇਰੇ ਨਾਲ ਸਰਦਾਰ ਪਰਮਪਾਲ ਸਿੰਘ ਜੀ ਧਾਲੀਵਾਲ ਬੈਠੇ ਹੈ ਬਾਈ ਜੀ ਹੋਣੀ, ਅਤੇ ਨਾਲ ਮੇਰਾ ਛੋਟਾ ਵੀਰ ਬਾਈ ਪ੍ਰਦਮਨਪਾਲ ਸਿੰਘ ਉਹ ਵੀ ਬੈਠੇ ਆ, ਧਾਲੀਵਾਲ ਸਾਹਿਬ ਐਡਵੋਕੇਟ ਆ ਬਾਈ ਜੀ ਹੋਣੀ, ਅਤੇ ਨਾਲ ਹੀ ਸਾਡਾ ਛੋਟਾ ਬੱਚਾ ਬੇਟਾ ਦਿਲ ਸਮਰਾਟ ਸਿੰਘ ਉਹ ਵੀ ਸਾਡੇ ਨਾਲ ਅੱਜ ਬੈਠਾ ਇਸ ਵੀਡੀਓ ਦੇ ਵਿੱਚ, ਅਤੇ ਇੱਧਰਲੇ ਪਾਸੇ ਮੇਰੇ ਨਾਲ ਬਾਈ ਸਾਹਿਬ ਸਿੰਘ, ਅਤੇ ਦੂਸਰੇ ਪਾਸੇ ਉਦੋਂ ਅੱਗੇ ਬਾਈ ਬੱਬੀ ਬੈਠਾ ਹੈ। ਬਾਈ ਬੱਬੀ ਘੋੜੀਆਂ ਤੋਰਦਾ ਵੀ ਹੈ, ਅਤੇ ਸਾਰੀ ਜਿਹੜੀ ਜ਼ਿੰਮੇਵਾਰੀ ਹੈਗੀ ਹੈ ਬਾਈ ਉਹਨਾਂ ਨੇ ਦੱਸਿਆ ਵੀ ਇਹਨਾਂ ਦੋਵਾਂ ਜਣਿਆਂ ਦੀ ਇਹ ਬੱਬੀ ਸਾਂਭ ਸੰਭਾਈ, ਜਿਹੜੀ ਘੋੜੀਆਂ ਦੀ ਜਿਹੜੀ ਉਹਨਾਂ ਦੀ ਦੇਖਭਾਲ ਕਰਨੀ ਹੈ ਇਹਨਾਂ ਨੇ ਕਰਨੀ ਹੈ, ਇਹਨਾਂ ਦੀ ਜ਼ਿੰਮੇਵਾਰੀ ਹੈ। ਸੋ ਨਾਲ ਸਾਡੇ ਦੋ ਬੱਚੇ ਵੀ ਹੈ ਛੋਟੇ ਛੋਟੇ, ਇਹ ਵੀ ਵੀਡੀਓ ਦੇ ਵਿੱਚ ਸ਼ਾਮਿਲ ਹੋਏ ਆ। ਸੋ ਸਵਾਗਤ ਹੈ ਦੋਸਤੋ ਤੁਹਾਡਾ, ਅਤੇ ਬਾਈ ਜੀ ਹੁਣਾਂ ਦੇ ਕੋਲ ਜਾਨਵਰ ਹੈ ਕਾਫੀ ਸਾਰੇ ਹੈ ਸੇਲ ਵਾਸਤੇ, ਅੱਜ ਤੁਹਾਨੂੰ ਜਿਹੜੀਆਂ ਆਪਾਂ ਤਿੰਨ ਜਾਨਵਰ ਦਿਖਾਉਣੇ ਆ, ਤਿੰਨ ਘੋੜੀਆਂ ਦੋਸਤੋ ਸੇਲ ਵਾਸਤੇ ਉਹ ਦਿਖਾਉਣੀਆਂ, ਅਤੇ ਜਾਨਵਰ ਹੋਰ ਵੀ ਹੈਗੇ ਆ ਬਾਈ ਹੁਣਾਂ ਦੇ ਕੋਲ ਕਾਫੀ ਸਾਰੇ ਜਾਨਵਰ ਹੈਗੇ ਆ। ਪਰਮਾਤਮਾ ਦੀ ਕਿਰਪਾ ਚਾਹੀਦੀ ਆ, ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਜਿਹੜੇ ਜਾਨਵਰ ਉਹ ਵੀਡੀਓ ਦੇ ਵਿੱਚ ਆਪਾਂ ਦਿਖਾਉਂਦੇ ਰਹਿਣਾ ਦੋਸਤੋ। ਸੋ ਆ ਜਾਓ ਬਾਈ ਹੁਣਾਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ, ਅਤੇ ਉਹਨਾਂ ਤੋਂ ਜਾਣਕਾਰੀ ਵੀ ਲੈਣੀ ਇਹਨਾਂ ਜਾਨਵਰਾਂ ਦੇ ਬਾਰੇ, ਅਤੇ ਡਿਟੇਲ ਜਿਹੜੀ ਤੁਹਾਡੇ ਨਾਲ ਉਹ ਸਾਰੀ ਸਾਂਝੀ ਕਰਾਂਗੇ ਆਪਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਪਹਿਲੀ ਗੱਲ ਤਾਂ ਅੱਗੇ ਸੁਣਦੇ ਹੁੰਦੇ ਸੀਗੇ ਜਿਹੜੀ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਵੀ, ਅਤੇ ਅੱਜ ਇਸ ਪਿੰਡ ਦੇ ਵਿੱਚ ਆ ਕੇ ਤੁਹਾਡੇ ਘਰ ਆ ਕੇ ਮਹਿਸੂਸ ਵੀ ਹੋਇਆ ਵੀ ਸੱਚਮੁੱਚ ਹੀ ਜਿਹੜਾ ਇਹ ਪਿੰਡ ਕਹਿ ਲਈਏ ਜਾਂ ਤੁਹਾਡਾ ਘਰ ਆ ਜਿਹੜਾ ਸਰਦਾਰਾਂ ਦਾ ਘਰ ਹੈ, ਬਹੁਤ ਸਾਰਾ ਤੁਸੀਂ ਪਿਆਰ ਸਤਿਕਾਰ ਦਿੱਤਾ, ਮਾਣ ਦਿੱਤਾ ਜੀ, ਅਤੇ ਸੱਚੀ ਮਹਿਸੂਸ ਹੋਇਆ ਵੀ ਸੱਚੀ ਸਰਦਾਰ ਹੈ ਤੁਸੀਂ। ਜੀ 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 ਹਾਂਜੀ। ਬਾਕੀ ਬਾਈ ਜੀ ਤੁਹਾਡਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਇੱਕ ਫੋਨ 'ਤੇ ਉੱਤੇ ਇੱਥੇ ਚੱਲ ਕੇ ਆਏ, ਤੁਹਾਡੇ ਲਈ ਵੀ ਤੁਹਾਡਾ ਨਿੱਘਾ ਸਵਾਗਤ ਆ, ਬਾਕੀ ਦੇਖਣ ਵਾਲੇ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਕਿੰਨੇ ਕੁ ਜਾਨਵਰ ਹੈ ਜੇ ਆਪਾਂ ਗੱਲ ਕਰੀਏ ਤਾਂ? ਵੈਸੇ ਹੀ ਆਪਣੇ ਸਟੱਡ ਫਾਰਮ ਦੇ ਵਿੱਚ 18 ਜਾਨਵਰ ਹੈਗੇ। ਠੀਕ ਹੈ ਜੀ। ਜਿਹਦੇ ਵਿੱਚ ਹੀ ਆਪਣੇ ਕੋਲ ਨੁਗਰੀਆਂ ਹੋ ਗਈ, ਮਾਲਵਾੜੀ ਹੋ ਗਏ, ਬਾਕੀ ਮਿਕਸ ਬਰੀਡ ਹੋ ਗਈ, ਕੋਈ ਆਪਣੇ ਕੋਲ ਲਾਲ ਚੰਬੀ ਹੋ ਗਈ, ਕਾਲੀ ਚੰਬੀ ਹੋ ਗਈ, ਮਤਲਬ ਆਪਣੇ ਕੋਲ ਹਰ ਟਾਈਪ ਦੇ ਜਿਹੜੇ ਸਾਰੇ ਤਰ੍ਹਾਂ ਦੇ ਜਾਨੀ ਜਾਨਵਰ ਸਾਰੇ ਤਰ੍ਹਾਂ ਦੇ ਜਾਨਵਰ ਹੈਗੇ ਆਰਾਮ ਨਾਲ ਮਿਲਦੇ। ਠੀਕ ਹੈ ਜੀ। ਤੇ ਕਿੰਨਾ ਕੁ ਸਮਾਂ ਵੀ ਜੀ ਵੈਸੇ ਤੁਹਾਨੂੰ ਹੋ ਗਿਆ, ਮਤਲਬ ਕਿ ਜੇ ਆਪਾਂ ਗੱਲ ਕਰੀਏ ਵੀ ਆਪਾਂ ਘੋੜੀਆਂ ਰੱਖਦੇ ਹਾਂ, ਕਿੰਨਾ ਕੁ ਟਾਈਮ ਹੋ ਗਿਆ ਤੁਸੀਂ ਰੱਖਿਆ ਜਾਂ ਬਾਪੂ ਜੀ ਹੁਣਾਂ ਨੇ ਸਟਾਰਟ ਕੀਤਾ? ਨਹੀਂ ਪਹਿਲਾਂ ਹੀ ਬਾਪੂ ਜੀ ਅਰਗੇ, ਮੈਂ ਤਾਂ ਹੁਣ ਸਟਾਰਟ ਕੀਤਾ ਹੈਗਾ ਪਹਿਲਾਂ 1993 ਵੇਲੇ ਪ੍ਰੋਪਰ, ਜਦੋਂ ਤੋਂ ਮੈਨੂੰ ਥੋੜ੍ਹਾ ਮੋਟਾ ਸਮਝ ਆਈ ਸੀ, ਜਦੋਂ ਤੋਂ ਪਤਾ ਲੱਗਿਆ ਹੈਗਾ ਵੀ 1993 ਤੋਂ ਰੈਗੂਲਰ ਘੋੜੀਆਂ ਰੱਖਣ ਦਾ ਸਾਰਿਆਂ ਨੂੰ ਸ਼ੌਂਕ ਸੀਗਾ। ਠੀਕ ਹੈ। ਫਿਰ ਉਸ ਤੋਂ ਬਾਅਦ ਘਰ ਵਿੱਚ ਸ਼ੌਂਕ ਚੱਲਦੇ ਹੋਏ ਤਾਂ ਮੈਨੂੰ ਵੀ ਥੋੜ੍ਹਾ ਮੋਟਾ ਥੋੜ੍ਹਾ ਸ਼ੌਂਕ ਲੱਗ ਗਿਆ ਵੀ ਚਲੋ ਵੀ ਦਾਦਾ ਜੀ ਅਰਗੇ ਬੈਠੇ ਆ ਤਾਂ ਮੈਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਹੈਗਾ। ਫਿਰ ਉਸ ਤੋਂ ਬਾਅਦ ਫਿਰ ਮੈਂ ਵੀ ਪੰਜਾਬ ਦੇ ਤੁਰ ਫਿਰ ਕੇ ਜਿੱਥੋਂ ਕਿਤੇ ਮੈਨੂੰ ਵਧੀਆ ਲੱਗਿਆ ਕੋਈ ਬਰੀਡ ਇਕੱਠੀ ਕੀਤੀ। ਠੀਕ ਹੈ। ਫਿਰ ਉਸ ਤੋਂ ਬਾਅਦ ਚਲੋ
ਤੇ ਵੈਸੇ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਹੁਣ ਇੱਕ ਮਤਲਬ ਕਿ ਚੰਗੀ ਤੁਸੀਂ ਪੜ੍ਹਾਈ ਕੀਤੀ ਹੈ, ਐਜੂਕੇਟ ਪਰਸਨ ਹੋ ਜਾਂ ਤੁਸੀਂ ਹੁਣ ਐਡਵੋਕੇਟ ਤੁਸੀਂ ਕਹਿ ਰਹੇ ਹੋ, ਤੇ ਫਿਰ ਉਹਦੇ ਨਾਲ ਨਾਲ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਕੰਮ ਦੇ ਵਿੱਚ? ਮਤਲਬ ਕਿ ਜੇ ਫਿਰ ਘੋੜੀਆਂ ਨੂੰ ਇਹਨਾਂ ਵਾਸਤੇ ਵੀ ਟਾਈਮ ਕੱਢਣਾ ਪੈਂਦਾ ਹੋਣਾ? ਨਹੀਂ, ਟਾਈਮ ਦਾ ਤਾਂ ਜਦੋਂ ਤੁਹਾਨੂੰ ਕਿਸੇ ਕਿੱਤੇ ਨਾਲ ਪਿਆਰ ਹੁੰਦਾ ਹੈਗਾ, ਉਹ ਟਾਈਮ ਦਾ ਹਾਂਜੀ ਆਪਣੇ ਆਪ ਨਿਕਲ ਜਾਂਦਾ ਹੈਗਾ। ਨਿਕਲ ਉਹ 'ਚ ਜਾਂਦਾ ਕੋਈ ਵੱਡੀ ਗੱਲ ਨਹੀਂ ਹੁੰਦੀ ਕਿ ਵੀ ਆਪਾਂ ਕਿਸੇ ਨੂੰ ਟਾਈਮ ਦੇਣਾ, ਜੀ ਜੀ ਉਹ ਆਪਣੇ ਆਪ ਟਾਈਮ ਲੈ ਲੈਂਦੀਆਂ ਹੈਗੀਆਂ। ਹੁਣ ਉੱਥੇ ਪੜ੍ਹਾਈ ਦੇ ਨਾਲ ਨਾਲ ਫਿਰ ਮੈਨੂੰ ਆਏ ਸੀਗਾ, ਮੈਂ ਕਿਹਾ ਵੀ ਪਿੰਡ ਦਾ ਵੀ ਇੰਨੇ ਨਾਲ ਪਿਆਰ ਬਣਿਆ ਰਹੂਗਾ, ਹਾਂਜੀ ਚਲੋ ਪਿੰਡ ਆ ਕੇ ਫਿਰ ਘੋੜੀਆਂ ਦਾ ਇੱਥੇ ਬਿਜ਼ਨਸ ਇੱਥੇ ਸਟਾਰਟ ਕੀਤਾ, ਇੱਥੇ ਮਨ ਸੀ, ਫਿਰ ਸਾਰੇ ਪਰਿਵਾਰ ਸੀ ਨਾਲ ਸੀ, ਪਰਿਵਾਰ ਦੇ ਨਾਲ ਆਉਂਦੇ ਹੋਏ ਤਾਂ ਮੈਨੂੰ ਵੀ ਸੌਖਾ ਹੋ ਜਾਂਦਾ ਕਿਉਂਕਿ ਹਾਂ ਫਾਦਰ ਹਾਂ ਸਾਹਿਬ ਵਰਗੇ ਸਾਰਾ ਦਿਨ ਮੇਰੇ ਨਾਲ ਹੱਥ ਨਾਲ ਬਟਾਉਂਦੇ ਲੱਗੇ। ਹੈਗੇ ਆ, ਹਾਂਜੀ ਹਾਂਜੀ ਹਾਂਜੀ, ਕਿਤੇ ਕੰਮ ਕਰ ਹੁੰਦੇ ਆ ਮੈਂ ਬਾਹਰ ਅੰਦਰ ਜਾ ਸਕਦਾ ਹੈਗਾ, ਕੋਈ ਵੱਡੀ ਦਿੱਕਤ ਨਹੀਂ ਹੈ ਜੀ ਮੈਨੂੰ। ਠੀਕ ਹੈ ਜੀ, ਠੀਕ ਹੈ, ਇਹ ਹਾਂਜੀ ਵੱਡੀ ਗੱਲ ਤਾਂ ਬਾਕੀ ਪਰਿਵਾਰ ਦਾ ਵੀ ਸਾਥ ਹੈ, ਜੀ ਤੇ ਫਿਰ ਇਹਦੇ ਵਿੱਚ ਮੇਨ ਆ ਵੀ ਇੱਕ ਜਿਹੜਾ ਸ਼ੌਂਕ ਹੁੰਦਾ ਫਿਰ ਉਹ ਆਪਾਂ ਨੂੰ ਖਿੱਚਦਾ ਹੈ, ਹਾਂ ਆਪਦੇ ਵੱਲ ਬਿਲਕੁਲ ਜੀ, ਖਿੱਚਦਾ, ਚਾਹੇ ਫਿਰ ਟਾਈਮ ਆਪਣੇ ਕੋਲ ਨਾ ਵੀ ਹੋਵੇ ਤਾਂ ਫਿਰ ਆਪਾਂ ਨੂੰ ਉਹ ਮੰਗਦਾ ਟਾਈਮ ਵੀ ਹਾਂ ਭਾਈ ਦੇ ਟਾਈਮ, ਸ਼ੌਂਕ ਨੂੰ ਦੇਣਾ ਵੀ ਪੈਂਦਾ ਟਾਈਮ ਹਾਂਜੀ ਹਾਂਜੀ, ਸ਼ੌਂਕ ਜਿੱਦਾਂ ਵਾਸਤੇ ਤਾਂ ਚਾਹੇ ਜਿੰਨਾ ਮਰਜ਼ੀ ਬੰਦਾ ਬਿਜ਼ੀ ਹੋਵੇ ਉਹ ਟਾਈਮ ਨਿਕਲ ਹੀ ਹਾਂ ਉਹ ਜਾਂਦਾ। ਟਾਈਮ ਨਿਕਲਦਾ ਹੈਗਾ, ਜਿੱਦਾਂ ਮੇਰਾ ਬੇਟਾ ਹੈਗਾ ਛੋਟਾ ਦਿਲ ਸਮਰਾਟ, ਹਾਂਜੀ ਜਿੱਦਾਂ ਇਹਨੂੰ ਵੀ ਸਟਾਰਟਿੰਗ ਦੇ ਵਿੱਚ ਹੀ ਹੁਣ ਪਿਆਰ ਹੈਗਾ, ਹਾਂਜੀ ਹੁਣ ਹਾਂਜੀ, ਛੋਟਾ ਆ ਕੇ ਹੁਣ ਨਾਲ ਖੇਡਦਾ ਹੈਗਾ, ਨਾਲ ਘੋੜੀਆਂ ਨਾਲ ਤੁਰਿਆ ਫਿਰਦਾ ਹੈਗਾ। ਚਲੋ ਬੱਚੇ ਦਾ ਸਾਨੂੰ ਵੀ ਆਇਆ ਹੈਗਾ ਵੀ ਚਲੋ ਬੱਚੇ ਦਾ ਰੁਝੇਵਾਂ ਚੰਗੇ ਪਾਸੇ ਹੈਗਾ, ਚੰਗੇ ਪਾਸੇ ਜਾਊਗਾ। ਹਾਂ ਹਾਂਜੀ ਹਾਂਜੀ, ਗਲਤ ਕੁਛ ਨਾ ਕੁਛ ਪਾਸੇ, ਵਧੀਆ ਸਿੱਖੂਗਾ, ਕੁਛ ਗਲਤ ਪਾਸੇ ਤੋਂ ਬੰਦਾ ਬਚਿਆ ਰਹਿੰਦਾ, ਬੱਚਾ ਹਾਂਜੀ ਹਾਂਜੀ ਜੇ ਬਿਲਕੁਲ, ਹੁਣ ਤੋਂ ਹੀ ਇਹਦਾ ਧਿਆਨ ਇੱਧਰ ਹੋ ਗਿਆ ਹਾਂਜੀ ਨਾ, ਹਾਂਜੀ ਬਿਲਕੁਲ ਤਾਂ ਫਿਰ ਉਹ ਬੱਚਾ ਜਿਹੜਾ ਹੈਗਾ ਉਹ ਉਸ ਪਾਸੇ ਚੱਲ ਪੈਂਦਾ। ਹਾਂਜੀ ਹਾਂਜੀ ਹਾਂਜੀ, ਤੇ ਵੀਰ ਜੀ ਜੇ ਆਪਾਂ ਅੱਜ ਜਿਹੜੇ ਜਾਨਵਰ ਆਪਾਂ ਦਿਖਾਉਣੇ ਆ ਇਹਨਾਂ ਬਾਰੇ ਆਪਾਂ ਗੱਲ ਕਰੀਏ ਹਾਂਜੀ ਆਪਣੇ ਦਰਸ਼ਕਾਂ ਨੂੰ ਡਿਟੇਲ ਦੇਈਏ ਇਹਦੀ, ਹੈ ਨਾ? ਤੇ ਜਿਹੜੀ ਆਪਾਂ ਆ ਜਿਹੜੀ ਕਾਲੀ ਚੰਬੀ ਘੋੜੀ ਆਪਾਂ ਦਿਖਾਉਣ ਲੱਗੇ ਹੁਣ, ਆਪਾਂ ਘੋੜੀ ਦਿਖਾ ਰਹੇ ਹਾਂ, ਇਹਦੀ ਕੀ ਆਪਾਂ ਡਿਟੇਲ ਹੈ, ਉਮਰ ਵਗੈਰਾ ਇਹਦੀ ਕੀ ਹੈਗੀ? ਇਹਦੀ ਬਾਈ ਜੀ, ਇਹਦੀ ਉਮਰ ਹੈਗੀ ਆ 6 ਸਾਲ ਹੀ। ਠੀਕ ਹੈ ਜੀ, ਇਹਦੀ ਹਾਈਟ ਹੈਗੀ ਆ ਜਿਵੇਂ ਆਪਾਂ ਕਹਿੰਦੇ ਆ ਹੈਗੇ ਆ ਫੱਟੀ ਵਾਲਾ ਕਾਟ। ਹਾਂਜੀ, ਫੱਟੀ ਜੀ, ਵਾਲੀ, ਫੱਟੀ ਵਾਲਾ ਜਿਵੇਂ ਆਪਾਂ ਕਹਿੰਦੇ ਆ ਕਾਟ, ਹਾਂਜੀ 8 ਇੰਚ ਦੀ ਹਾਈਟ ਹੈਗੀ ਆ। ਠੀਕ ਹੈ ਜੀ, ਔਰ 6 ਸਾਲ ਦੀ ਹੈਗੀ, ਔਰ ਇਹ ਜਲਾਲ ਵਾਲੇ ਜਿਹੜੇ ਆਪਣੀ ਬਰੀਡ ਜਲਾਲਸਾ ਹੋ ਕੇ ਜਿਹੜੀ ਆਪਾਂ ਕਹਿ ਦਿੰਦੇ ਹਾਂ ਹਾਂਜੀ ਹਾਂਜੀ ਲਾਈਨ ਆ, ਹਾਂਜੀ ਉਸਦੀ ਬੱਚੀ ਆ, ਔਰ 7.5 ਮਹੀਨੇ ਗੱਭਣ ਹੋ ਗਈ ਜੀ। ਅੱਛਾ, ਔਰ ਇਹ ਹੁਣ ਗੱਭਣ ਹੈ ਇਸ ਟਾਈਮ ਤੇ? ਇਹ ਸਾਡੇ 7.5 ਮਹੀਨੇ ਦੇ ਗੱਭਣ ਹੈਗੀ ਜੀ। ਠੀਕ ਹੈ ਜੀ, 7.5 ਮਹੀਨੇ ਦੇ ਗੱਭਣ ਹੈਗੀ ਜੀ, ਔਰ ਇਹ ਬਾਂਦਰਾਂ ਤੋਂ ਜਿਹੜੇ ਸੂਰਜ ਘੋੜਾ ਹੈਗਾ ਜੀ, ਸੂਰਜ ਘੋੜਾ ਉਸ ਠੀਕ ਤੋਂ ਹੈ ਮੇਟ ਹੋਈ ਗਈ, ਉਹ ਤੋਂ ਮੇਟ ਹੋਈ ਹੈ, ਮੰਨ ਕੇ ਚੱਲੋ ਵੀ ਲਗਭਗ 7 ਮਹੀਨਿਆਂ ਦੀ ਗੱਭਣ, 7 ਮਹੀਨਿਆਂ ਦੇ ਗੱਭਣ ਆਪਾਂ ਕਹਿ ਹੈਗੀ ਹੈ, ਬਿਲਕੁਲ ਆਪਾਂ ਕਹਿ ਸਕਦੇ ਹਾਂ ਜੀ। ਤੇ ਹਾਈਟ ਇਹਦੀ ਆਪਾਂ ਦੱਸੀ 61 ਇੰਚ, 61 ਇੰਚ ਆਈ ਇਹਦੀ ਹਾਈਟ। ਠੀਕ ਹੈ, ਬਾਕੀ ਊਂ ਸਵਾਰੀ ਸੂਰੀ ਦੀ ਸਵਾਰੀ ਪਾਸ ਸੂਰੀ ਦੀ ਹੈਗੀ, ਬੱਚੇ ਵੀ ਤੁਹਾਡੇ ਸਾਹਮਣੇ ਦੇਖਿਆ ਹੀ, ਬੱਚੇ ਵੀ ਹਾਂਜੀ ਚੜੇ ਫਿਰਦੇ ਹੈਗੇ ਸਾਰੇ, ਬਾਕੀ ਦਰਸ਼ਕੋ ਸਵਾਰੀ ਦੀ ਪਾਸ ਆ ਤੁਸੀਂ ਦੇਖ ਵੀ ਸਕਦੇ ਆ ਵੀਡੀਓ ਦੇ ਵਿੱਚ, ਸਵਾਰੀ ਕਰਾਉਂਦੀ ਹੈ, ਬਹੁਤ ਵਧੀਆ ਤੁਰਦੀ ਹੈ, ਸੋਹਣਾ ਤੁਰਦੀ ਹੈ ਬਾਈ ਜੀ ਹੁਣੀ ਆਪ ਬੈਠੇ ਆ ਇੱਥੇ, ਤੇ ਉਹਨਾਂ ਨੇ ਕਿਹਾ ਵੀ ਮੈਂ ਸਵਾਰੀ ਕਰਦਾ ਬਹਿ ਕੇ ਇੱਥੇ, ਹੈ ਨਾ? ਤੇ ਵਧੀਆ ਤੁਰੀ ਘੋੜੀ, ਤੇ ਬਹੁਤ ਵਧੀਆ ਸਵਾਰੀ ਕਰਾਉਂਦੀ ਹੈ, ਚੰਗੀ ਸਵਾਰੀ ਕਰਾਉਂਦੀ, ਬਾਕੀ ਹਾਈਟ ਹੂਟ ਪ੍ਰੋਪਰ ਹੈਗੀ ਹੈ, ਕੰਨਾਂ ਕੁੰਨਾਂ ਪੱਖੋਂ ਵੀ ਸ਼ਕੀਨ ਹੈ, ਤੇ ਬਾਕੀ ਚੰਗੀ ਭਰਮੀ ਘੋੜੀ ਆ ਦੋਸਤੋ, ਮਤਲਬ ਕਿ ਭਾਰੀ ਘੋੜੀ ਆਪਾਂ ਕਹਿ ਸਕਦੇ ਹਾਂ, ਵੱਡੇ ਪੇਟ ਵਾਲੀ ਹੈ। ਬੱਚਾ ਮੈਂ ਉਮੀਦ ਕਰਦਾ ਵੀ ਬਹੁਤ ਵਧੀਆ ਦੇਊਗੀ, ਅਤੇ ਨੁਕਰਾ ਦੇਣ ਦੇ ਵੀ ਆਪਾਂ 100% ਹੀ ਉਮੀਦ ਕਰ ਸਕਦੇ ਹਾਂ। ਬਾਕੀ ਤੁਸੀਂ ਸਿਆਣੇ ਆ ਦੋਸਤੋ, ਸਮਝਦਾਰ ਆ, ਮੇਰੇ ਨਾਲੋਂ ਜ਼ਿਆਦਾ ਸਿਆਣੇ ਆ, ਮੈਂ ਤਾਂ ਮੈਨੂੰ ਇਹ ਲੱਗਦਾ ਵੀ ਵਧੀਆ ਬੱਚਾ ਦੇਊਗੀ, ਸੋਹਣਾ ਬੱਚਾ ਦੇਊਗੀ, ਦੇਊਗੀ ਵੀ ਨੁਕਰਾ, ਹੈ ਨਾ? ਕਿਉਂਕਿ ਕਾਲੀ ਚੰਮੀਆਂ ਘੋੜੀਆਂ ਜਿਹੜੀਆਂ ਬਾਈ ਜੀ, ਬਹੁਤ ਮਤਲਬ ਕਿ ਉਹਨਾਂ ਦੀ 99% ਹੀ ਉਹਨਾਂ ਦੀ ਉਮੀਦ ਹੁੰਦੀ ਹੈ ਬੱਚਾ, ਹਾਂ ਬੱਚਾ ਦੇਣ ਦੀ ਨੁਕਰਾ ਕਿਉਂਕਿ, ਤਕਰੀਬਨ ਦਿੰਦੀ ਹੈ ਜੀ, ਬੱਚਾ ਵਧੀਆ ਦਿੰਦੀ ਹੈ। ਹਾਂਜੀ ਹਾਂਜੀ, ਅਤੇ ਇਹਦੀ ਦਰਸ਼ਕੋ ਉਮਰ ਜਿਹੜੀ ਬਾਈ ਹੋਣਾਂ ਨੇ ਦੱਸੀ ਹੈ 6 ਸਾਲ, ਅਤੇ 61 ਇੰਚ ਇਹਦੀ ਹਾਈਟ ਜਿਹੜੀ ਫੱਟੀ ਵਾਲੀ ਪ੍ਰੋਪਰ ਬਾਈ ਜੀ ਹੋਣਾਂ ਨੇ ਕਿਹਾ ਵੀ ਉਹ ਦੱਸੀ ਹੈ। ਬਾਕੀ ਬਾਈ ਜੀ ਵਾਲ ਪੌਰੀਆਂ ਦੀ ਸਾਫ਼ ਹੈ? ਵਾਲ ਪੌਰੀਆਂ ਦੀ ਬਿਲਕੁਲ ਸਾਫ਼ ਹੈਗੀ ਹੈ, ਠੀਕ ਹੈ ਜੀ, ਆਪਣੇ ਸਾਰੇ ਜਾਨਵਰ ਹੀ ਤਕਰੀਬਨ ਆਪਣੇ ਸਾਰੇ ਵਾਲ ਪੌਰੀਆਂ ਸਾਫ਼। ਹਾਂਜੀ ਹਾਂਜੀ, ਠੀਕ ਹੈ ਜੀ, ਤੋ ਵਧੀਆ ਗੱਲ ਹੈ ਜੀ, ਇਹ ਵਧੀਆ ਗੱਲ ਹੈ, ਅਤੇ ਵਾਲ ਪੌਰੀਆਂ ਦੀ ਦੋਸਤੋ ਸਾਫ਼ ਹੈ ਇਹ, ਅਤੇ ਸਵਾਰੀ ਤੁਸੀਂ ਆਹ ਦੇਖ ਹੀ ਲਈ ਹੈ, ਕਰਵਾਉਂਦੀ ਹੈ ਸਵਾਰੀ, ਬਹੁਤ ਵਧੀਆ। ਬਾਕੀ ਸਾਊ ਸੂਈ ਦਾ ਕੋਈ ਇਹ ਨਹੀਂ ਹੈਗਾ ਵੀ ਚਾਹੇ ਬੱਚੇ ਲੈ ਕੇ ਤੁਰੇ ਫਿਰਨ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ। ਇਹਦਾ ਜਿਹੜਾ ਮੁੱਲ ਵਗੈਰਾ ਹੈਗਾ ਬਾਈ ਜੀ, ਉਹ ਆਪਾਂ ਫੋਨ ਤੇ ਕਰਨਾ? ਹਾਂ ਬਾਈ ਜੀ, ਫੁੱਲ ਫੋਨ ਦੀ ਉੱਤੇ, ਠੀਕ ਹੈ ਠੀਕ ਹੈ, ਉਹ ਦਰਸ਼ਕੋ ਜਿਹੜਾ ਹੈਗਾ ਮੁੱਲ ਇਹਦਾ ਬਾਈ ਹੁਣੀ ਕਹਿੰਦੇ ਵੀ ਆਪਾਂ ਫੋਨ ਤੇ ਕਰਾਂਗੇ, ਸੋ ਨੰਬਰ ਬਾਈ ਹੁਣਾਂ ਦਾ ਨਾਲ ਨਾਲ ਚੱਲਦਾ ਰਹਿਣਾ ਹੈਗਾ, ਅਤੇ ਜੇ ਕੋਈ ਸੱਜਣ ਜਿਹੜਾ ਵੀ ਚਾਹਵਾਨ ਹੋਊਗਾ ਤੁਸੀਂ ਫੋਨ ਕਰਕੇ, ਕੋਈ ਵੀ ਕੋਈ ਹੋਰ ਵੀ ਆਪਾਂ ਡਿਟੇਲ ਲੈਣੀ ਹੁੰਦੀ ਹੈ ਤਾਂ ਉਹ ਵੀ ਤੁਸੀਂ ਬਾਈ ਹੁਣਾਂ ਤੋਂ ਪੁੱਛ ਸਕਦੇ ਹੋ, ਹੈ ਨਾ? ਅਤੇ ਬਾਈ ਜੀ ਜਿਹੜੀ ਆਪਾਂ ਆਹ ਦੂਸਰੇ ਨੰਬਰ 'ਤੇ ਦਿਖਾਉਣ ਲੱਗੇ ਹਾਂ, ਇਹ ਲਾਲ ਰੰਗ ਲਾਲ ਚੰਬੀ, ਹਾਂਜੀ ਲਾਲ ਚੰਬੀ ਘੋੜੀ ਹੈਗੀ ਹੈ, ਇਹ ਇਹਦੀ ਇਹਦੀ ਉਮਰ ਕਿੰਨੀ ਕੁ ਹੈ? ਇਹਦੀ ਉਮਰ 7 ਸਾਲ ਹੈਗੀ ਹੈ। ਅੱਛਾ, ਇਹਦੀ ਇਹਦੀ
उम्मीद कर सकते ਨੁਕਰਾ ਬੱਚਾ ਦੇਊਗੀ ਹੈ ਨਾ ਹਾਂਜੀ ਹਾਂਜੀ ਆਪਾਂ ਵੈਸੇ ਮੋਸਟਲੀ ਆਪਾਂ ਦੇਖਿਆ ਵੀ ਆਈ ਜਿੰਨੇ ਕੋਈ ਵਧੀਆ ਕੋਈ ਆਪਾਂ ਸਟੱਡ ਦੇ ਵਿੱਚ ਆਪਾਂ ਜਾਣੇ ਹੈਗੇ ਤਕਰੀਬਨ ਲਾਲ ਚੰਬੀ ਹੀ ਜਿੱਦਾਂ ਚੰਬੀ ਬੱਚੇ ਇਹ ਵਧੀਆ ਜਿਹੇ ਦਿੰਦੇ ਹੈਗੇ ਬਾਕੀ ਇਹਦੀਆਂ ਬਾਂਤਰਾ ਮੂੰਤਰਾ ਮੈਨੂੰ ਬਹੁਤ ਵਧੀਆ ਜਿਵੇਂ ਮਾਰਵਾੜੀ ਵਰਗੀਆਂ ਲੱਗਦੀਆਂ ਹੁਣ ਜਿਵੇਂ ਤੁਰਦੀ ਤੁਰਦੀ ਬਹੁਤ ਸੋਹਣਾ ਹਾਂਜੀ 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 ਬਿਲਕੁਲ ਗਰਦਨ ਗੁਰਦਨ ਲੰਬੀ ਲੱਗਦੀ ਹੈ ਹਾਂਜੀ 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 ਸਨੱਖਾ ਆਪਾਂ ਜਿਵੇਂ ਸਾਰਾ ਕੁਝ ਆਪਾਂ ਕਹਿ ਸਕਦੇ ਹਾਂ ਕਿ ਬਣੀ ਤਰੀ ਇੱਕ ਮਾਲਵਾੜੀ ਇੱਕ ਕੁੜੀ ਦੀ ਤਰ੍ਹਾਂ ਮਾਲਵਾੜੀ ਹਾਂਜੀ ਹਾਂਜੀ ਚੱਲਣਾ ਟਰੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਹਾਂਜੀ ਹਾਂਜੀ ਇੱਕ ਨਖਰਾ ਸਭ ਕੁਝ ਉਹ ਹਾਂ ਐਟੀਟਿਊਡ ਹੈਗਾ ਤੁਰਦੀ ਤੁਰਦੀ ਸੋਹਣਾ ਤੇ ਇਸ ਵਾਰੀ ਸੂਰੀ ਇਹ ਵੀ ਕਰਾਉਂਦੀ ਹੈ ਹਾਂਜੀ ਹਾਂਜੀ ਇਹ ਵੀ ਸਵਾਰੀ ਕਰਾਉਂਦੀ ਹੈਗੀ ਸਵਾਰੀ ਇਹ ਵੀ ਪਾਸ ਹਾਂਜੀ ਹਾਂਜੀ ਇਹ ਵੀ ਸਵਾਰੀ ਦੀ ਪਾਸ ਹੈ ਪਾਸ ਹੈ ਬਾਕੀ ਤੇ ਇਹ 6 ਮਹੀਨਿਆਂ ਦੀ ਗੱਬਨ ਦੱਸਿਆ ਤੁਸੀਂ ਇਹ 6.5 ਮਹੀਨੇ ਦੀ ਗੱਬਨ ਹੈ 6 ਮਹੀਨੇ ਦੀ ਗੱਬਨ ਹੈ ਹਾਂਜੀ 7 ਸਾਲ ਇਹਦੀ ਉਮਰ ਹੈ ਤੇ ਦਰਸ਼ਕੋ 59 ਇੰਚ ਜਿਹੜੀ ਇਹਦੀ ਹਾਈਟ ਬਾਈ ਹੁਣਾਂ ਨੇ ਦੱਸੀ ਹੈ ਬਾਕੀ ਸੋਹਣੀ ਹੈ ਘੋੜੀ ਕੰਨਾਂ ਕੁੰਨਾਂ ਪੱਖੋਂ ਵਧੀਆ ਹੈ ਸ਼ਕੀਨ ਕੰਨਾਂ ਦੀ ਹੈ ਬਾਕੀ ਖੜਦੇ ਖੁੜਦੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹਾਂਜੀ ਜਿਹੜੀ ਇਹਦੀ ਜਿਹੜੀ ਲਾਈਨ ਹੈਗੀ ਉਹ ਮੱਝੂ ਕੀ ਲਾਈਨ ਹੈ ਜੀ ਅੱਛਾ ਇਹ ਮੱਝੂ ਕੀ ਲਾਈਨ ਚੋਂ ਜੀ ਜੀ ਇਹਦੀ ਠੀਕ ਹੈ ਬਲੱਡ ਲਾਈਨ ਜਿਹੜੀ ਹੈਗੀ ਹੈ ਮੱਝੂ ਕੀ ਲਾਈਨ ਦੀ ਲਾਈਨ ਚੋਂ ਹਾਂ ਨਹੀਂ ਠੀਕ ਹੈ ਬਾਕੀ ਤਾਂ ਇਹਦੇ ਵਿੱਚ ਕਰ ਜਿਹੜੇ ਕੈਰੈਕਟਰ ਥੋੜੇ ਜਿਹੇ ਹੈਗੇ ਆ ਉਸ ਚੀਜ਼ ਦੇ ਹਾਂ ਹਾਂਜੀ 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 ਸ਼ੋਅ ਕਰਦੀ ਹੈ ਆਪਦੇ ਆਪ ਨੂੰ ਪੂਰਾ ਵਧੀਆ ਸ਼ੋਅ ਹਾਂਜੀ ਹਾਂਜੀ ਬਿਲਕੁਲ ਹੀ ਸੋਹਣੀ ਘੋੜੀ ਹੈ ਦੱਸੋ ਬਹੁਤ ਵਧੀਆ ਤੇ ਰੇਟ ਰੂਟ ਤਾਂ ਫਿਰ ਇਹਦਾ ਵੀ ਆਪਾਂ ਫੋਨ ਤੇ ਹਾਂਜੀ ਹਾਂਜੀ ਸਭ ਸਾਰੇ ਰੇਟ ਆਪਾਂ ਫੋਨ ਤੇ ਕਰਾਂਗੇ ਬਿਲਕੁਲ ਹੀ ਦਰਸ਼ਕੋ ਇਹ 7 ਸਾਲ ਉਮਰ ਇਹਦੀ ਬਾਈ ਹੁਣਾਂ ਨੇ ਦੱਸਿਆ ਵੀ 7 ਸਾਲ ਉਮਰ ਹੈ ਤੇ 59 ਇੰਚ ਹਾਈਟ ਹੋ ਗਈ ਇਹਦੀ 6.5 ਮਹੀਨਿਆਂ ਦੀ ਇਹ ਗੱਭਣ ਹੈ ਜਿਹੜਾ ਸ਼ਾਨ ਘੋੜਾ ਹੈ ਟੈਪੀ ਵਾਲਾ ਉਹ ਤੋਂ ਇਹ 6.5 ਮਹੀਨਿਆਂ ਦੀ ਗੱਭਣ ਹੋਈ ਵੀ ਹੈ ਬਾਕੀ ਕੰਨਾਂ ਕੁੰਨਾਂ ਦੀ ਵੀ ਸ਼ਕੀਨ ਹੈ ਗਰਦਨ ਗੁਰਦਨ ਇਹਦੇ ਵਧੀਆ ਸੋਹਣੀ ਲੰਬੀ ਪਤਲੀ ਗਰਦਨ ਹੈ ਖੜਨੀ ਖੁੜਨੀ ਸੋਹਣੀ ਹੈ ਪੂਰਾ ਸ਼ੋਅ ਕਰਦੀ ਹੈ ਆਪਦੇ ਆਪ ਨੂੰ ਵਧੀਆ ਸੋਹਣੀ ਘੋੜੀ ਹੈ ਅਤੇ ਬਾਕੀ ਜੇ ਕੋਈ ਹੋਰ ਤੁਹਾਨੂੰ ਡਿਟੇਲ ਚਾਹੀਦੀ ਹੋਈ ਤਾਂ ਉਹ ਵੀ ਤੁਸੀਂ ਬਾਈ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ ਫੋਨ 'ਤੇ ਕਰ ਲਿਓ ਹੈ ਨਾ ਅਤੇ ਇਹ ਤੋਂ ਅੱਗੇ ਤੁਹਾਨੂੰ ਆ ਜਾਓ ਆਪਾਂ ਇੱਕ ਹੋਰ ਬਹੁਤ ਸੋਹਣੀ ਬਛੇਰੀ ਕਹਿ ਸਕਦੇ ਹਾਂ ਹਾਲੇ ਕਿਉਂਕਿ ਘੋੜੀਆਂ ਵਾਲੀ ਉਮਰ ਤਾਂ ਬੜੀ ਨੀਗੀ ਅਤੇ ਮਾਰਵਾੜੀ ਹੈ ਬਹੁਤ ਸੋਹਣੀ ਚੰਗੀ ਪੂਰੀ ਵਧੀਆ ਟੌਪ ਦੀ ਬਛੇਰੀ ਹੈ ਦੋਸਤੋ ਅਤੇ ਇਹ ਜਿਹੜੀ ਬਛੇਰੀ ਹੈ ਬਾਈ ਜੀ ਇਹ ਕਿਹੜੀ ਬਲੱਡ ਲਾਈਨ ਦੀ ਹੈ ਜਿਹੜੀ ਇਹ ਅਲੀਸ਼ਾਨ ਬਲੱਡ ਲਾਈਨ ਦੀ ਹੈ ਅੱਛਾ ਅਲੀਸ਼ਾਨ ਬਲੱਡ ਲਾਈਨ ਇਹ ਅਲੀਸ਼ਾਨ ਬਲੱਡ ਲਾਈਨ ਦੀ ਹੈਗੀ ਇਹ ਹਜੇ ਬੱਚੀ ਆਈ ਹੈ ਹਜੇ 35 ਮਹੀਨਿਆਂ ਦੀ ਹੋਈ ਹੈ 35 ਮਹੀਨਿਆਂ ਦੀ ਹੋ ਗਈ ਹਾਂਜੀ ਹਾਂਜੀ ਤੇ ਬਹੁਤ ਵਧੀਆ ਮਤਲਬ ਕਿ ਜਿਵੇਂ ਹੁਣ ਸ਼ੋਅ ਇਹ ਵੀ ਬਹੁਤ ਕਰਦੀ ਹੈ ਹਾਂਜੀ 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 ਬਿਲਕੁਲ ਬਿਲਕੁਲ ਮਾਰਕਾ ਬਹੁਤ ਸੋਹਣਾ ਹੀ ਹੈ ਮਾਰਕਾ ਇਹ ਦੋ ਪੈਰ ਚਿੱਟੇ ਆ ਦਰਸ਼ਕੋ ਤੇ ਮੱਥੇ ਇਹਦੇ ਪਤਾ ਜਿਹੜਾ ਆ ਹੈਗਾ ਵਧੀਆ ਸੋਹਣਾ ਬਹੁਤ ਵਧੀਆ ਤੇ ਬਾਕੀ ਸ਼ੋਅ ਪੂਰਾ ਕਰਦੀ ਹੈ ਕੰਨਾਂ ਕੁੰਨਾਂ ਦੀ ਇਹ ਵੀ ਸ਼ਕੀਨ ਹੈ ਬਹੁਤ ਸੋਹਣੀ ਲੱਗਦੀ ਹੈ ਤੁਸੀਂ ਦੇਖ ਹੀ ਸਕਦੇ ਪੂਰੀ ਵਧੀਆ ਸ਼ੋਅ ਕਰਦੀ ਆ ਆਪਦੇ ਆਪ ਨੂੰ ਵੀ ਹਾਂ ਹੈਗਾ ਕੁਛ ਨਾ ਕੁਛ ਤੇ ਇਹਦੀ ਇਹਦੀ ਹਾਈਟ ਕਿੰਨੀ ਹੋ ਗਈ ਬਾਈ ਜੀ ਇਹਦੀ ਹਾਈਟ 61 ਹੋ ਗਈ ਜੀ ਇਹਦੀ ਹਾਈਟ ਅੱਛਾ 61 ਇੰਚ ਹਾਂਜੀ 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 ਹਲੇ 61 ਤੋਂ ਥੋੜਾ 61 ਤੋਂ ਮਤਲਬ ਥੋੜਾ ਜਿਹਾ ਦੱਬਦਾ ਜਿਵੇਂ ਆਪਾਂ ਕਹਿ ਦਿੰਦੇ ਠੀਕ ਠੀਕ ਹੈ ਹਾਂਜੀ 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 ਠੀਕ ਹੈ 60.5 ਤੋਂ ਉੱਤੇ ਔਰ 61 ਤੋਂ ਥੋੜੀ ਜੀ ਘੱਟ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਗੇ ਉਹਦਾ ਸ਼ੋਅ ਹੁੰਦੀ ਹੈ ਵੈਸੇ ਆਪਾਂ ਨੂੰ ਦੇਖਣ ਨੂੰ ਲੱਗਦਾ ਹਾਂਜੀ ਬਿਲਕੁਲ ਕੋਈ ਇਹਦੇ ਵਿੱਚ ਨਹੀਂ ਹੈਗੀ ਦਿੱਕਤ ਹਾਂਜੀ 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 ਬਿਲਕੁਲ ਹੀ ਤੇ ਬਾਕੀ ਹਲੇ ਥੋੜੀ ਬਹੁਤੀ ਹਾਈਟ ਤਾਂ ਹੋਰ ਕਰੂਗੀ ਹਾਂਜੀ ਹਾਂਜੀ ਹਜੇ ਤਾਂ ਬੱਚੀ ਹੈ ਇਹ ਤਾਂ 35 ਮਹੀਨਿਆਂ ਦੀ ਹੋਈ ਹੈ ਹਾਈਟ ਕਰਕੇ ਅਸੀਂ ਅਜੇ ਕ੍ਰੋਸ ਵੀ ਨਹੀਂ ਕਰਵਾਈ ਸੀਗੀ ਅੱਛਾ ਹਲੇ ਮੇਟ ਕਰਵਾਈ ਨਹੀਂ ਸਾਨੂੰ ਅਜੇ ਮੇਟ ਨਹੀਂ ਕਰਵਾਈ ਸਾਨੂੰ ਇਦਾਂ ਸੀਗਾ ਵੀ ਥੋੜੀ ਹਾਈਟ ਹੁਣ ਸੋਚ ਰਹੇ ਸੀ ਕਿ ਹੁਣ ਮੇਟ ਕਰਵਾਉਣ ਵਾਸਤੇ ਠੀਕ ਹੈ ਅੱਛਾ ਇਹ ਵੀ ਆਪਾਂ ਨੂੰ ਥੋੜਾ ਜਿਹਾ ਐ ਹੁੰਦਾ ਵੀ ਚੱਲ ਹਲੇ ਰੁਕ ਜੀਏ ਹਾਂਜੀ ਚਲੋ ਆਪਾਂ ਨੂੰ ਹਾਂ ਬਿਲਕੁਲ ਕਰ ਲਈਏ ਆਪਾਂ ਨੂੰ ਇਦਾਂ ਹੁੰਦਾ ਵੀ ਚਲੋ 3 ਸਾਲ ਜਦੋਂ ਕ੍ਰੋਸ ਕਰਕੇ ਚਲੋ ਉਸ ਤੋਂ ਬਾਅਦ ਆਪਾਂ ਮਤਲਬ ਕੰਪਲੀਟ ਕਰਵਾ ਸਕਦੇ ਹਾਂ ਕਰਵਾ ਸਕਦੇ ਆਪਾਂ ਨੂੰ ਐ ਹੁੰਦਾ ਵੀ ਚਲੋ ਉਦੋਂ ਪਹਿਲਾਂ ਜਿੰਨੀ ਹਾਈਟ ਵੱਧ ਸਕਦੀ ਹੈ ਵੱਧ ਸਕਦੀ ਵੱਧ ਜੀ ਹਾਂਜੀ ਸਹੀ ਹੈ ਜੀ ਗੱਲ ਬਾਕੀ ਫਿਰ ਥੋੜਾ ਜਿਹਾ ਉਹਦੇ ਵਿੱਚ ਮਤਲਬ ਕਿ ਪੱਕ ਵੀ ਜਾਂਦਾ ਜਾਨਵਰ ਜੋ ਫੇਰ ਸਹੀ ਵੀ ਹਾਂਜੀ ਹਾਂਜੀ ਥੋੜਾ ਜਿਹਾ ਆਪਾਂ ਪਹਿਲਾਂ ਲਵੇ ਜਾਨਵਰ ਨੂੰ ਕਰਵਾ ਦਿੰਦੇ ਤਾਂ ਉਹ ਵੀ ਕਈ ਵਾਰੀ ਜੀ 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 ਬਿਲਕੁਲ ਗਲਤ ਹੋ ਜਾਂਦਾ ਬਾਕੀ ਜੀ 5 ਸਾਲ ਤੱਕ ਘੋੜੀ ਦਾ ਜਿਵੇਂ ਤੁਸੀਂ ਤੁਹਾਡੇ ਪੌਣ ਤੇ ਆਈ ਜਿਵੇਂ ਆਪਾਂ ਕਹਿ ਦਿੰਦੇ ਹਾਂ ਹਾਂਜੀ 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 ਤੁਹਾਡੀ ਸੰਭਾਲ ਕਰਨ ਤੇ ਹੈਗੀ 5 ਸਾਲ ਤੱਕ ਤਾਂ ਇਹਨੇ ਹਾਈਟ ਹੋਣ ਕਰਨੀ ਹੈਗੀ ਕਰਨੀ ਹੈ ਜਦੋਂ ਤੱਕ ਸਾਨੂੰ ਲੱਗਦਾ ਹੈ ਕਿ 63 ਚੌਣ ਦੇ ਆਰਾਮ ਨਾਲ ਇਹਨੇ ਘੋੜੀ ਨੇ ਜਾਣੇ ਜਾਣਾ 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 ਇਹ ਤਾਂ ਕਿਉਂਕਿ ਬੱਚੀ ਹੈ 35 ਮੰਥ ਦੀ ਹੈ ਹਲੇ ਤਾਂ ਵਧੂਗੀ ਹਾਂਜੀ ਹਾਂਜੀ ਹੋਊਗੀ ਤੇ ਬਾਕੀ ਵਾਲਪੋਰੀਆਂ ਦੀ ਇਹ ਵੀ ਸਾਫ਼ ਹਾਂਜੀ ਸਾਰੇ ਆਪਣੇ ਸਾਰੇ ਜਾਨਵਰੀ ਬਹੁਤ ਸਾਫ਼ ਹੈਗੇ ਠੀਕ ਹੈ ਕਿਸੇ 'ਚ ਕੋਈ ਵੀ ਨਾ ਕੋਈ ਵਾਲਪੋਰੀ 'ਚ ਨਾ ਕੋਈ ਹੋਰ ਕੋਈ ਦਿੱਕਤ ਆ ਨਾ ਕੋਈ ਚੱਲਣ 'ਚ ਨਾ ਫਿਰਨ 'ਚ ਬਿਲਕੁਲ ਕਲੀਅਰ ਹੈਗੀ ਸਾਰੇ ਠੀਕ ਹੈ ਜੀ ਜੀ ਅਤੇ ਬਾਕੀ ਅੱਜ ਆਪਾਂ ਤੁਹਾਨੂੰ 203 ਜਾਨਵਰ ਦਿਖਾਉਣੇ ਆ ਇਦੋਂ ਅੱਗੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ 3-4 ਜਾਨਵਰ ਹੋਰ ਵੀ ਦਿਖਾਵਾਂਗੇ ਅਤੇ ਪਰਮਾਤਮਾ ਕਿਰਪਾ ਰੱਖੇ ਤੇ ਹੁਣ ਬਾਈ ਜੀ ਬਸ ਇਹੀ ਇਹਨਾਂ ਦੀ ਡਿਟੇਲ ਸੀ ਹੋਰ ਤਾਂ ਨਹੀਂ ਆਪਾਂ ਕੁਛ ਗੱਲਬਾਤ ਕਰਨੀ ਨਹੀਂ ਨਹੀਂ ਬਾਈ ਜੀ ਆਹੀ ਤੇ ਦੋਸਤੋ ਪਿੰਡ ਇਹ ਜਿਹੜਾ
ਸੀਡਾ ਸਿੰਘ ਵਾਲਾ ਪਿੰਡ ਹੈਗਾ ਇਹ ਭਾਜੀ ਫਰੀਦਕੋਟ ਜ਼ਿਲ੍ਹੇ 'ਚ ਇਹ ਡਿਸਟ੍ਰਿਕਟ ਫਰੀਦਕੋਟ ਆ ਗਈ, ਤਹਿਸੀਲ ਜੈਤੋ ਆ ਗਈ ਜੀ ਆਪਾਂ ਨੂੰ। ਅੱਛਾ ਤਹਿਸੀਲ ਜੈਤੋ, ਮਤਲਬ ਜੈਤੋ ਔਰ ਬਾਜੇ ਖਾਨੇ ਦੇ ਬਿਲਕੁਲ ਸੈਂਟਰ ਦੇ ਵਿੱਚ, ਸੈਂਟਰ ਦੇ ਵਿੱਚ ਆ। ਜਦੋਂ ਬਾਜਾ ਖਾਨੇ ਤੋਂ ਆਉਣੇ ਹੈਗੇ ਆਪਾਂ ਨੂੰ 2.5 ਕਿਲੋਮੀਟਰ ਆ ਗਿਆ, ਹਾਂਜੀ, ਔਰ ਜੈਤੋ ਤੋਂ ਅਗਰ ਆਉਣੇ ਹੈਗੇ 6.5 ਕਿਲੋਮੀਟਰ ਆ ਗਏ, 6.5 ਕਿਲੋਮੀਟਰ ਜੀ। ਦੋਸਤੋ ਜਿਹੜਾ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਜਿਹੜਾ ਮੇਨ ਹਾਈਵੇ ਜਾਂਦਾ ਉਹਦੇ 'ਤੇ ਪਿੰਡ ਆਉਂਦਾ ਬਾਜਾ ਖਾਨਾ, ਅਤੇ ਬਾਜੇ ਖਾਨੇ ਤੋਂ ਜੇ ਆਪਾਂ ਮਤਲਬ ਕਿ ਸਾਈਡ 'ਤੇ ਪਿੰਡ ਇਹ 3 ਕਿਲੋਮੀਟਰ ਸਾਈਡ 'ਤੇ ਰਹਿ ਜਾਂਦਾ। ਜੇ ਬਠਿੰਡੇ ਵੱਲੋਂ ਆਓਗੇ ਤਾਂ ਖੱਬੇ ਹੱਥ ਹੈ, ਅਤੇ ਜੇ ਅੰਮ੍ਰਿਤਸਰ ਵਾਲੀ ਸਾਈਡ ਤੋਂ ਆਉਂਗੇ ਤਾਂ ਸੱਜੇ ਹੱਥ ਆਪਾਂ ਮੁੜਨਾ ਬਾਜੇ ਖਾਨੇ ਤੋਂ। 3 ਕਿਲੋਮੀਟਰ ਇਹ ਪਿੰਡ ਰਹਿ ਜਾਂਦਾ, ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਸੇਧਾ ਸਿੰਘ ਵਾਲਾ। ਅਤੇ ਜਾਂ ਫਿਰ ਜੇ ਆਪਾਂ ਬਠਿੰਡੇ ਤੋਂ ਵਾਇਆ ਗੋਨਿਆਣਾ ਜੈਤੋ ਹੋ ਕੇ ਜਾਣਾ ਹੋਵੇ ਕੋਟਕਪੂਰੇ ਨੂੰ, ਤਾਂ ਉਸ ਰੋਡ ਦੇ ਉੱਤੇ ਜੈਤੋ ਆਉਂਦੀ ਹੈ, ਅਤੇ ਜੈਤੋ ਤੋਂ ਵੀ ਇਹ 5-6 ਕਿਲੋਮੀਟਰ ਪਿੰਡ ਜਿਹੜਾ ਇਹ ਰਹਿ ਜਾਂਦਾ ਹੈਗਾ। ਬਾਕੀ ਦੋਸਤੋ ਮਸ਼ਹੂਰ ਪਿੰਡ ਹੈ, ਸਰਦਾਰਾਂ ਦਾ ਪਿੰਡ ਹੈ, ਕੋਈ ਗੱਲ ਨਹੀਂ, ਜਿੱਥੋਂ ਮਰਜ਼ੀ ਪੁੱਛ ਕੇ ਆ ਜਾਓ। ਅਤੇ ਜੇ ਤੁਸੀਂ ਪਿੰਡ ਦੇ ਨੇੜੇ ਆ ਕੇ ਬਾਪੂ ਜੀ ਦਾ ਨਾਮ ਪੁੱਛੋਗੇ ਸਰਦਾਰ ਨਾਥ ਸਿੰਘ ਸਰਪੰਚ ਦਾ, ਤਾਂ ਫਿਰ ਤੁਹਾਨੂੰ ਘਰ ਵੀ ਛੱਡ ਜਾਣਗੇ ਦੋਸਤੋ, ਠੀਕ ਹੈ। ਅਤੇ ਬਾਈ ਜੀ ਹੁਣਾਂ ਦੇ ਕੋਲ ਜਾਨਵਰ ਤੁਹਾਨੂੰ ਮੈਂ ਦੱਸਤਾ, ਇਹ 3 ਜਾਨਵਰ ਅੱਜ ਤੁਹਾਨੂੰ ਦਿਖਾਉਣੇ ਸੀਗੇ, ਇਹ ਸੇਲ ਕਰਨੇ ਹੈ। ਅਤੇ ਜਦੋਂ ਇਹ 5-7 ਦਿਨਾਂ ਦੇ ਵਿੱਚ, 4 ਦਿਨਾਂ ਦੇ ਵਿੱਚ ਸੇਲ ਹੋ ਗਏ, ਤਾਂ ਫਿਰ ਇਦੋਂ ਅੱਗੇ ਤੁਹਾਨੂੰ ਜਾਨਵਰ ਜਿਹੜੇ ਉਹ ਆਪਾਂ ਹੋਰ ਵੀ ਦਿਖਾਉਣੇ ਹੈ। ਸੋ ਜੇ ਕੋਈ ਤੁਹਾਨੂੰ ਡਿਟੇਲ ਚਾਹੀਦੀ ਹੋਈ ਤਾਂ ਨੰਬਰ ਬਾਈ ਜੀ ਹੁਣਾਂ ਦਾ ਸਕਰੀਨ 'ਤੇ ਚੱਲਦਾ ਰਹਿਣਾ, ਅਤੇ ਉੱਥੇ ਤੁਸੀਂ ਗੱਲਬਾਤ ਕਰ ਲਿਓ। ਕੋਈ ਰੇਟ ਪੁੱਛਣਾ, ਜਿਹੜਾ ਤੁਹਾਨੂੰ ਜਾਨਵਰ ਪਸੰਦ ਆਉਂਦਾ ਉਹਦੇ ਬਾਰੇ ਰੇਟ ਦੀ ਗੱਲ ਕਰਨੀ ਹੈ, ਉਹਦੀ ਕੋਈ ਜਾਣਕਾਰੀ ਲੈਣੀ ਹੈ, ਤਾਂ ਬੇਝਿਜਕ ਹੋ ਕੇ ਬਾਈ ਹੁਣਾਂ ਨੂੰ ਵੀਰ ਨੂੰ ਪ੍ਰਧਾਨ ਨੂੰ ਫੋਨ ਤੁਸੀਂ ਕਰ ਲਿਓ ਦੋਸਤੋ, ਠੀਕ ਹੈ। ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਲੋੜਵੰਦ ਸੱਜਣ ਕੋਲ ਪਹੁੰਚ ਜੇ। ਕਈ ਵਾਰੀ ਬਹੁਤ ਸਾਰੇ ਸੱਜਣ ਮਿੱਤਰ ਹੁੰਦੇ ਆ ਜਿਨ੍ਹਾਂ ਨੇ ਕੋਈ ਜਾਨਵਰ ਲੈਣਾ, ਅਤੇ ਕਾਫੀ ਵੀਰ ਮੈਨੂੰ ਫੋਨ ਵੀ ਕਰਦੇ ਰਹਿੰਦੇ ਵੀ ਅਸੀਂ ਚੰਬੀਆਂ ਘੋੜੀਆਂ ਭਾਲਦੇ ਹਾਂ, ਅਤੇ ਫਿਰ ਅੱਜ ਆਹ ਦੋਸਤੋ ਚੰਬੀਆਂ ਘੋੜੀਆਂ ਤੁਹਾਡੇ ਵਾਸਤੇ ਲੈ ਆਉਂਦੀਆਂ 2, ਇੱਕ ਵਛੇਰੀ ਹੈਗੀ ਹੈ ਜਿਹੜੀ ਮਾਰਵਾੜੀ ਬਹੁਤ ਚੰਗੀ। ਅਤੇ ਵੀਡੀਓ ਅੱਗੇ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਸੋ ਬਾਈ ਜੀ ਧੰਨਵਾਦ ਤੁਹਾਡਾ, ਬਹੁਤ ਬਹੁਤ ਬਾਈ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਅਤੇ ਮਿਲਦੇ ਹਾਂ ਫਿਰ ਹੋਰ ਕਿਸੇ ਵੀਡੀਓ ਦੇ ਵਿੱਚ। ਧੰਨਵਾਦ ਜੀ, ਦੱਸੋ।